ਬੀਤੀ 4 ਫਰਵਰੀ ਦੀ ਇੱਕ ਘਟਨਾ ਹੈ ਜਿਹੜੀ ਕਿ 2 ਗੁੱਟਾਂ ਦਰਮਿਆਨ ਪਤੰਗਬਾਜ਼ੀ ਨੂੰ ਲੈ ਕੇ ਝਗੜਾ ਇੰਨਾ ਕੁ ਵੱਧ ਗਿਆ ਸੀਗਾ ਤਾਂ ਇੱਕ ਗੁੱਟ ਨੇ ਦੂਸਰੇ ਗੁੱਟ 'ਤੇ ਇੱਕ ਨੌਜਵਾਨ 'ਤੇ ਗੋਲੀ ਚਲਾ ਦਿੱਤੀ ਅਤੇ ਉਸਦੀ ਨੌਜਵਾਨ ਦੀ ਮੌਤ ਹੋ ਗਈ ਸੀ। ਜਿਸ ਦੌਰਾਨ ਪੁਲਿਸ ਨੇ ਮਾਮਲਾ ਦਰਜ ਕੀਤਾ ਸੀਗਾ। 5 ਤੋਂ ਜ਼ਿਆਦਾ ਆਰੋਪੀ ਜਿਹੜੇ ਕਿ ਇਸ ਕੇਸ ਵਿੱਚ ਜਿਹੜੇ ਕਿ ਉਹਨਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀਗਾ, ਤਾਂ ਜਿਸ ਵਿੱਚੋਂ ਪੁਲਿਸ ਨੇ ਮੌਕੇ 'ਤੇ 3 ਆਰੋਪੀ ਗ੍ਰਿਫਤਾਰ ਕੀਤੇ ਸੀ। ਤਾਂ ਉਸ ਤੋਂ ਬਾਅਦ ਹੁਣ ਜਿਹੜਾ ਕਿ ਮਾਸਟਰ ਮਾਇੰਡ ਹੈ ਉਹ ਉਸਦੀ ਗ੍ਰਿਫਤਾਰੀ ਕੀਤੀ ਗਈ ਹੈ, ਨਾਲ ਇੱਕ ਰਿਵਾਲਵਰ ਬਰਾਮਦ ਕੀਤਾ ਗਿਆ। ਮੇਰੇ ਨਾਲ DCP ਆਲਮ ਵਿਜੇ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ। ਪੂਰਾ ਸਰ ਕੇਸ ਹੈਗੀ ਹੈ ਬੇਸਿਕਲੀ ਜੀ, 4/2/24 ਨੂੰ ਦੋ ਗਰੁੱਪ ਆਪਣੀ ਆਪਣੀ ਛੱਤਾਂ 'ਤੇ ਪਤੰਗ ਉਡਾ ਰਹੇ ਸੀ ਅਤੇ ਗਰੁੱਪ ਨੂੰ ਥੋੜ੍ਹੀ ਸ਼ੰਕਾ ਹੋਈ ਕਿ ਗਾਲ ਕੱਢੀ ਹੈ, ਫਿਰ ਤੂੰ ਮੈਂ ਸ਼ੁਰੂ ਹੋ ਗਈ ਉੱਪਰੋਂ, ਫਿਰ ਗੁਰਦੁਆਰਾ ਸਾਹਿਬ ਤੂਤ ਸਾਹਿਬ ਦੇ ਲਾਗੇ ਉੱਥੇ ਪਹੁੰਚੇ। ਟਾਈਮ ਪਾਇਆ ਗਿਆ ਸੀ ਸਰ? ਬੇਸਿਕਲੀ ਇੱਕ ਦੂਸਰੇ ਨੂੰ ਲੱਭਦੇ ਪਹੁੰਚ ਗਏ ਸੀਗੇ ਜੀ, ਅਤੇ ਉਸ ਤੋਂ ਬਾਅਦ ਇਹਨਾਂ ਦੀ ਉੱਥੇ ਲੜਾਈ ਹੋਈ ਅਤੇ ਜਿਹੜਾ ਮੇਨ ਦੋਸ਼ੀ ਹੈ ਦੀਪਕ, ਉਹ ਤੋਂ ਗੋਲੀ ਚੱਲੀ ਹਰਮਨਵੀਰ 'ਤੇ, ਹਰਮਨਦੀਪ 'ਤੇ ਸੋਰੀ, ਅਤੇ ਉਹਦੀ ਮੌਕੇ 'ਤੇ ਡੈਥ ਹੋ ਗਈ। ਅਤੇ ਉਸ ਤੋਂ ਬਾਅਦ ਅਸੀਂ FIR ਦਰਜ ਕੀਤੀ। FIR ਦਰਜ ਕਰਨ ਤੋਂ ਬਾਅਦ ਅਸੀਂ 6 ਤਰੀਕ ਨੂੰ 5 'ਚੋਂ ਜਿਹੜੇ ਬਾਈ ਨੇਮ ਸੀਗੇ ਉਹਨਾਂ 'ਚੋਂ 3 ਅਸੀਂ ਗ੍ਰਿਫਤਾਰ ਕਰ ਲਏ ਸੀਗੇ, ਅਤੇ ਚੌਥਾ ਜਿਹੜਾ ਜਿਹਨੇ ਗੋਲੀ ਚਲਾਈ ਸੀ ਜਿਹੜਾ ਮੇਨ ਸੀ ਉਹਦਾ ਅਸੀਂ ਵੈਪਨ ਵੀ ਫੜ ਲਿਆ ਕੱਲ੍ਹ ਅਤੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ। ਹੁਣ ਜਿਹੜਾ ਇੱਕ ਹੋਰ ਮੇਨ ਦੋਸ਼ੀ ਹੈ ਬੇਦੀ, ਉਹਦੇ ਪਿੱਛੇ ਅਸੀਂ ਪੁਲਿਸ ਟੀਮ ਲਾਈਆਂ ਹੋਈਆਂ। ਦੀਪਕ ਦੀ ਗ੍ਰਿਫਤਾਰੀ ਹੋਈ ਜਿਹੜਾ ਮੁੱਖ ਆਰੋਪੀ ਸੀਗਾ? ਹਾਂਜੀ ਹਾਂਜੀ, ਉਹਦੀ ਹੋ ਗਈ ਹੈ। ਉਸ ਪਾਸੋਂ ਇੱਕ ਰਿਵਾਲਵਰ ਵੀ ਮਿਲਿਆ, ਲਾਇਸੈਂਸੀ ਜਾਂ ਗੈਰ ਲਾਇਸੈਂਸੀ ਹੈ ਜੀ? ਉਹ ਲਾਇਸੈਂਸੀ ਹੈ ਜੀ। ਅਤੇ ਦੀਪਕ ਦੇ ਖਿਲਾਫ਼ ਪਹਿਲੇ ਵੀ ਮਾਮਲੇ ਦਰਜ ਨੇ ਜੀ? ਦੀਪਕ ਦੇ ਖਿਲਾਫ਼ ਪਹਿਲੇ ਵੀ ਮਾਮਲੇ ਦਰਜ ਨੇ। ਕਿੰਨੇ ਮਾਮਲੇ ਦਰਜ ਨੇ? ਉਹਦੇ 3-4 ਮੁਕੱਦਮੇ ਦਰਜ ਨੇ ਅਤੇ ਥੋੜ੍ਹਾ ਕ੍ਰਿਮੀਨਲ ਮਾਇੰਡ ਦਾ ਹੈਗਾ ਮੁੰਡਾ। ਅਤੇ ਸਰ ਫਿਰ ਕੈਰੀ ਕਿਸ ਨਾਲ ਕਰ ਰਹੇ ਸੀ ਲਾਇਸੈਂਸੀ ਰਿਵਾਲਵਰ ਕਿਸ ਨਾਲ ਕੈਰੀ ਕਰ ਰਿਹਾ ਸੀ? 3 ਮਾਮਲੇ ਦਰਜ ਹੋਣ ਤਾਂ ਜਦੋਂ ਪੁਲਿਸ ਹਰਕਤ ਵਿੱਚ ਆਉਂਦੀ ਹੈ ਤਾਂ ਪੁਲਿਸ ਦਾ ਪਹਿਲੇ ਇਹੀ ਹੁੰਦਾ ਮੋਡਸ ਪਿੰਡੀ ਵੀ ਇਹਨੂੰ ਜਿਹੜਾ ਕਿ ਜ਼ਬਤ ਹਥਿਆਰ ਕੀਤਾ ਜਾਵੇ ਉਹਦਾ? ਨਹੀਂ ਬਿਲਕੁਲ, ਉਹ ਹੁਣ ਅਸੀਂ ਦੇਖਾਂਗੇ ਕਿ ਕਿਵੇਂ ਇਹਦਾ ਪਹਿਲਾਂ ਕਿਉਂ ਨਹੀਂ ਕੈਂਸਲ ਹੋਇਆ, ਅਤੇ ਕਿਉਂਕਿ ਪਹਿਲਾਂ ਵੀ ਮੁਕੱਦਮੇ ਦਰਜ ਸੀਗੇ ਅਤੇ ਹੁਣ ਤਫਤੀਸ਼ ਅਸੀਂ ਦੇਖਾਂਗੇ ਕਿ ਪਹਿਲਾਂ ਕੈਂਸਲੇਸ਼ਨ ਹੋਣੀ ਚਾਹੀਦੀ ਸੀ, ਨਹੀਂ ਹੋਈ ਜੀ। ਪਹਿਲੇ ਕੈਂਸਲੇਸ਼ਨ ਹੁੰਦੀ ਸਰ ਸ਼ਾਇਦ ਇਹ ਵਾਰਦਾਤ ਨਾ ਹੁੰਦੀ ਗੋਲੀ ਵਾਲੀ, ਸ਼ਾਇਦ ਨਾ ਹੁੰਦੀ ਜੀ। ਤਾਂ ਕੀ ਕਹਿਣਾ ਚਾਹੁੰਦੇ ਸਰ, ਨੌਜਵਾਨ ਇੰਨੇ ਜਲਦੀ ਭੜਕ ਜਾਂਦੇ ਨੇ, ਇੱਕ ਇੰਜੋਇਮੈਂਟ ਦਾ ਕਰ ਰਹੇ ਸੀਗੇ ਪਤੰਗਬਾਜ਼ੀ ਦਾ, ਹੈ ਨਾ, ਉਸ ਤੋਂ ਬਾਅਦ ਇੰਨੀ ਲੜਾਈ ਜ਼ਿਆਦਾ ਵੱਧ ਗਈ, ਨੌਜਵਾਨ ਜਾ ਕਿੱਥੇ ਰਹੇ ਨੇ ਸਰ? ਉਹੀ ਮੈਂ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਜੋਏਫੁੱਲ ਇਵੈਂਟਸ ਹੁੰਦੇ ਆ ਉਹਨੂੰ ਕੋਈ ਗਰਮੋ ਗਰਮੀ ਹੋਵੇਗੀ ਤਾਂ ਬੈਠ ਕੇ ਸੁਲਝਾ ਲੈਣਾ ਚਾਹੀਦਾ। ਇੰਨਾ ਐਕਸਟ੍ਰੀਮ ਸਟ੍ਰਿਪ ਤਾਂ ਬਿਲਕੁਲ ਵੀ ਨਹੀਂ, ਕਿਸੇ ਨੂੰ ਕਦੇ ਵੀ ਨਹੀਂ ਲੈਣਾ ਚਾਹੀਦਾ, ਚਾਹੇ ਉਹ ਜਿਹੋ ਜਿਹਾ ਮਰਜ਼ੀ ਇਵੈਂਟ ਹੋਏ, ਕਿਸੇ ਦੀ ਜਾਨ ਲੈਣਾ ਉਹ ਸਭ ਤੋਂ ਵੱਡਾ ਜੁਰਮ ਹੋਈ ਹੈ ਜੀ। ਕਾਫੀ ਸਮਾਂ ਲੱਗ ਗਿਆ ਸਰ ਜਿਹੜਾ ਮੇਨ ਅਕਿਊਜ਼ ਸੀਗਾ ਉਹਨੂੰ ਫੜਨ ਵਾਸਤੇ ਸਰ? ਹਾਂਜੀ, ਸਾਡੀ ਟੀਮ ਸੀਗੀਆਂ ਮਗਰ ਮੇਨ ਅਕਿਊਜ਼ ਦੇ, ਅਤੇ SP ਸਾਹਿਬ ਅਤੇ SHO ਸਾਹਿਬ ਅਤੇ ACP ਸਾਹਿਬ ਨੇ ਕਾਫੀ ਅੱਛਾ ਕੰਮ ਕੀਤਾ। ਇਹਨੂੰ ਅਸੀਂ ਆਪਣਾ ਅੰਮ੍ਰਿਤਸਰ ਤੋਂ ਹੀ ਫੜਿਆ। ਕਿੱਥੇ ਕਿੱਥੇ ਰਹਿ ਰਹੇ ਸੀ ਸਰ ਇਸ ਦੌਰਾਨ, ਜਿਹੜਾ 2 ਮਹੀਨੇ ਸਮਾਂ, 2 ਮਹੀਨੇ ਅਤੇ ਕਿਸ ਤਰ੍ਹਾਂ ਬਚਦਾ ਰਿਹਾ ਪੁਲਿਸ ਕੋਲ? ਦੇਖੋ ਹਾਲੇ ਅਸੀਂ ਉਹਨੂੰ ਫੜਿਆ ਹੀ ਹੈ ਅਤੇ ਹਾਲੇ ਪ੍ਰੋਪਰ ਅਸੀਂ ਜੁਡੀਸ਼ੀਅਲ ਰਿਮਾਂਡ ਲੈ ਪੁਲਿਸ ਆਪਣਾ ਤਾਂ ਲਈ ਹੋਏਗੀ ਸਰ, ਕੋਈ ਪੁਲਿਸ ਰਿਮਾਂਡ ਲੈ ਕੇ ਹੁਣ ਅਸੀਂ ਪੁੱਛਾਂਗੇ ਜੀ, ਬਾਕੀ ਜੋ ਵੀ ਸਾਹਮਣੇ ਆਏਗਾ ਅਸੀਂ ਤੁਹਾਨੂੰ ਦੱਸਾਂਗੇ। ਇੱਕ ਹੋਰ ਕਹਿ ਰਹੇ ਤੁਸੀਂ ਹਜੇ ਫੜਨ ਵਾਲਾ, ਹੋਰ ਵੀ ਬਾਈ ਨੇਮ, ਹੋਰ ਵੀ ਪਰਚੇ ਦਰਜ ਨੇ, 5 ਦੇ ਬਾਈ ਨੇਮ ਦਰਜ ਸੀਗੇ ਬੱਚੇ? ਨਹੀਂ, ਇਹ 5 ਜਣੇ ਦਾ ਬਾਈ ਨੇਮ ਪਰਚਾ ਦਰਜ ਹੈ। ਹੋਰ ਵੀ ਕਿਤੇ ਹੋਰ ਵੀ ਅਨਨੋਨ ਵੀ ਹੈਗੇ ਆ, ਉਹ ਵੀ ਅਸੀਂ ਤਫਤੀਸ਼ ਦੌਰਾਨ ਜਿਹੜਾ ਹੁਣ ਫੜਿਆ ਉਹਨੂੰ ਵੀ ਪੁੱਛਾਂਗੇ ਅਤੇ ਉਸ ਹਿਸਾਬ ਨਾਲ ਅਸੀਂ ਦੇਖਾਂਗੇ ਜੀ। ਬਿਲਕੁਲ ਜੀ, DCP ਆਲਮ ਵਿਜੇ ਸਿੰਘ ਨੇ ਦੱਸਿਆ ਵੀ ਇਸ ਮਾਮਲੇ ਵਿੱਚ 3 ਆਰੋਪੀ ਜਿਹੜੇ ਕਿ ਉਹ ਪਹਿਲਾਂ ਹੀ ਫੜੇ ਗਏ ਸੀ, ਹੁਣ ਚੌਥਾ ਜਿਹੜਾ ਮੁੱਖ ਆਰੋਪੀ ਹੈ ਦੀਪਕ,
ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਪਰ 3 ਮਾਮਲੇ ਉਸ 'ਤੇ ਪਹਿਲੇ ਵੀ ਦਰਜ ਨੇ। ਇਹ ਸਮਝ ਤੋਂ ਪਰਿਆ ਵੀ ਉਸ ਪਾਸ ਰਿਵੋਲਵਰ ਜਿਹੜੀ ਕਿ ਉਹ ਜ਼ਬਤ ਕਿਉਂ ਨਹੀਂ ਕੀਤੀ ਗਈ, ਖੈਰ ਇਹ ਤਾਂ ਜਿਹੜਾ ਕਿ ਜਾਂਚ ਦਾ ਵਿਸ਼ਾ। ਪਰ ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਹੋਰ ਆਰੋਪੀ ਜਿਹੜਾ ਕਿ ਜਿਸਨੂੰ ਮੁੱਖ ਆਰੋਪੀ ਦੱਸਿਆ ਜਾ ਰਿਹਾ, ਉਸਦੀ ਗ੍ਰਿਫਤਾਰੀ ਕੀਤੀ ਹੈ, ਅਤੇ ਇੱਕ ਹੋਰ ਆਰੋਪੀ ਨੂੰ ਗ੍ਰਿਫਤਾਰ ਕਰਨ ਵਾਸਤੇ ਲਗਾਤਾਰ ਪੁਲਿਸ ਜਿਹੜੀ ਕਿ ਉਹ ਛਾਪੇਮਾਰੀ ਕਰ ਰਹੀ ਹੈ। ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।